ਚਾ ਕੰਜਨਾ ਕਰੀਏ ਬੋਲ ਪੰਜਾਬੀ ਦਾ ਅਮੜੀ ਗੱਲ ਵਿੱਚ ਪਾਇਆ ਢੋਲ ਪੰਜਾਬੀ ਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤੇਜਿੰਦਰ ਸਿੰਘ ਮਾਨਸਾ। ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਲਈ ਅਸੀਂ ਮਾਨਸਾ ਤੋਂ ਇੱਕ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ, ਜੋ ਤਕਰੀਬਨ 14 ਅਕਤੂਬਰ ਤੋਂ ਸ਼ੁਰੂ ਹੋ ਕੇ 2 ਨਵੰਬਰ ਤੱਕ ਚੱਲਣੀ ਆ, ਜਿਸ ਦੇ ਵਿੱਚ ਪੰਜਾਬ ਦੇ ਤਕਰੀਬਨ 23 ਦੇ 23 ਜ਼ਿਲ੍ਹੇ ਰਸਤੇ ਦੇ ਵਿੱਚ ਆਉਣੇ ਆ। ਇਸ ਯਾਤਰਾ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਇਹ ਹੈ ਕਿ ਵੀ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਸੋਹਣੀ ਅਤੇ ਸ਼ੁੱਧ ਲਿਖਣੀ ਸਿਖਾਉਣੀ। ਇਸ ਤੋਂ ਇਲਾਵਾ ਸੱਥਾਂ ਦੇ ਵਿੱਚ ਜਾ ਕੇ ਮਹਾਰਨੀ ਵੰਡਣੀ, ਇੱਥੋਂ ਤੱਕ ਕਿ ਬੱਸ ਅੱਡਿਆਂ ਦੇ ਵਿੱਚ ਜਾ ਕੇ ਪੰਜਾਬੀ ਦਾ ਪ੍ਰਚਾਰ ਕਰਨਾ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਵੀ ਮੈਨੂੰ ਝਾਰਖੰਡ ਦੇ ਵਿੱਚ ਜਾ ਕੇ, ਆਂਧਰਾ ਪ੍ਰਦੇਸ਼ ਜਾ ਕੇ ਜਾਂ ਮੱਧ ਪ੍ਰਦੇਸ਼ ਜਾ ਕੇ ਪੰਜਾਬੀ ਦਾ ਪ੍ਰਚਾਰ ਕਰਨਾ ਚਾਹੀਦਾ ਸੀਗਾ, ਪਰ ਪੰਜਾਬੀ ਲਈ ਪੰਜਾਬ ਦੇ ਵਿੱਚੋਂ ਹੀ ਠੰਡੀ ਹਵਾ ਦੇ ਬੁੱਲੇ ਨਹੀਂ ਆ ਰਹੇ। ਪਿਛਲੇ ਦਿਨਾਂ ਦੇ ਵਿੱਚ ਹੀ CBSE ਵੱਲੋਂ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣਾ ਬਹੁਤ ਦੁਖਦਾਈ ਗੱਲ ਹੈਗੀ। ਸੋ ਇਹੀ ਜਿਹੜਾ ਦੁੱਖ ਦੇ ਸੰਦੇਹਾ ਲੈ ਕੇ ਮੈਂ ਵੱਖ ਵੱਖ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਨਹੀਂ ਹੁੰਦਾ ਹੋਇਆ, ਪਹਿਲਾਂ ਮਾਲਵਾ ਗਿਆ, ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਹੀਂ ਹੁੰਦੇ ਹੋਏ ਦੁਆਬੇ ਦੇ ਵਿੱਚ ਪਹੁੰਚਿਆਂਗਾ, ਅਤੇ ਅੱਜ ਮੈਂ ਟਾਂਡਾ ਇਲਾਕੇ ਵਿੱਚ ਪਹੁੰਚਾਂਗਾ, ਅਤੇ ਇੱਥੋਂ ਦੀਆਂ ਜਿਹੜੀਆਂ ਪੰਜਾਬੀ ਸਭਾਵਾਂ ਨੇ ਜਾਂ ਇੱਥੋਂ ਦੇ ਵਿਦਵਾਨ ਕਵੀ ਨੇ ਉਹ ਸਾਰੇ ਇੱਥੇ ਪਹੁੰਚੇ ਆ, ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾਗਾ। ਇਹ ਸਾਈਕਲ ਯਾਤਰਾ ਜਿਹੜੀ ਅੱਗੇ ਹੁਸ਼ਿਆਰਪੁਰ ਵੱਲ, ਹੁਸ਼ਿਆਰਪੁਰ ਤੋਂ ਮਾਲਪੁਰ, ਗੜਸ਼ੰਕਰ, ਆਨੰਦਪੁਰ ਸਾਹਿਬ, ਰੂਪਨਗਰ, ਚੰਡੀਗੜ੍ਹ, ਪਟਿਆਲਾ ਹੁੰਦੇ ਹੋਏ ਮਾਨਸਾ ਪਹੁੰਚੇਗੀ, ਅਤੇ ਇਸ ਤੋਂ ਬਾਅਦ ਅਸੀਂ ਇੱਕ ਕੱਚਾ ਚਿੱਠਾ ਤਿਆਰ ਕਰ ਲੈਂਦੇ ਹਾਂ ਪੂਰੇ ਪੰਜਾਬ ਦੇ ਵਿੱਚੋਂ, ਫਿਰ ਉਸ 'ਤੇ ਪੂਰਾ ਸਾਲ ਕੰਮ ਕਰ ਦੇਵਾਂਗੇ। ਹਾਂਜੀ, ਜਿਹੜਾ ਆ ਇਹ ਸਾਡੇ ਤੱਕ ਸੁਨੇਹਾ ਲਗਾਇਆ ਸੀਗਾ ਕਿ ਮਾਲਵੇ ਤੋਂ ਮਾਨਸਾ ਜੀ ਜਿਹੜੇ ਆ ਉਹ ਵੱਖ ਵੱਖ ਪਿੰਡਾਂ ਦੇ ਵਿੱਚੋਂ, ਕਸਬਿਆਂ, ਸ਼ਹਿਰਾਂ 'ਚ ਹੁੰਦੇ ਹੋਏ ਜਿਹੜੇ ਉਹ ਟਾਂਡੇ ਵੀ ਆ ਰਹੇ ਨੇ। ਮੈਂ ਧੰਨਵਾਦੀ ਹਾਂ ਮਾਨਸਾ ਜੀ ਦਾ, ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਲਖਵਿੰਦਰ ਸਿੰਘ ਜੀ ਮੁਲਤਾਨੀ ਜੀ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਇਹਦੇ ਨਾਲ ਨਾਲ ਜਿੰਨੇ ਵੀ ਸਾਡੇ ਨੇ ਵਿਦਵਾਨ ਲੇਖਕ, ਉੱਗਾ ਨਾਂ ਆ ਹਰਵਿੰਦਰ ਓੜਪੁਰੀ ਜੀ, ਪੰਜਾਬੀ ਦੇ ਜਿਹੜੇ ਸਰਮੌਰ ਲੇਖਕ ਨੇ, ਇਸ ਦੇ ਨਾਲ ਨਾਲ ਜਿਹੜੇ ਸਾਡੇ ਅਧਿਆਪਕ ਸਾਹਿਬਾਨ ਨੇ, ਉਸ ਤੋਂ ਬਾਅਦ ਸਾਡੇ ਸਰਦਾਰ ਅਵਤਾਰ ਸਿੰਘ ਜੀ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤੋਂ। ਸੋ ਕਹਿਣ ਦਾ ਮਤਲਬ ਜਿੰਨੇ ਵੀ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ, ਇਸ ਕਰਕੇ ਕਿ ਲੰਬੇ ਸਮੇਂ ਤੋਂ ਜਿਹੜਾ ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ, ਉਹਦੇ ਬਾਰੇ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ ਇਸ ਵੀਰ ਵੱਲੋਂ, ਉਹਨੂੰ ਅਸੀਂ ਸਮਰਥਨ ਦੇ ਰਹੇ ਹਾਂ। ਚਾਹੀਦਾ ਤਾਂ ਇਹ ਸੀਗਾ ਕਿ ਅੱਜ ਜਦੋਂ ਮੰਗ ਕਰ ਰਹੇ ਨੇ ਪੰਜਾਬ ਦੇ ਲੋਕ ਕਿ ਜਿਹੜੀ ਸਾਡੀ ਅਦਾਲਤੀ ਭਾਸ਼ਾ ਆ, ਸਾਡੀ ਕਾਨੂੰਨ ਦੀ ਭਾਸ਼ਾ ਆ, ਉਹ ਸਾਡੇ ਲੋਕਾਂ ਦੀ ਮਾਂ ਬੋਲੀ 'ਚ ਹੋਵੇ, ਲੋਕਾਂ ਨੂੰ ਸਮਝ ਲੱਗੇ ਕਿ ਅਦਾਲਤ ਦੇ ਵਿੱਚ ਜਿਹੜੇ ਵਕੀਲ ਆ ਉਹ ਕੁਚਰ ਮੁਚਰ ਕੀ ਕਰੀ ਜਾਂਦੇ ਆ, ਜੱਜ ਕੀ ਕੁਚਰ ਮੁਚਰ ਕਰੀ ਜਾਂਦੇ ਆ। ਅਤੇ ਬਣਦਾ ਇਹ ਸੀ ਕਿ ਸਾਡੀ ਮਾਂ ਬੋਲੀ ਦੇ ਵਿੱਚ ਜਿਹੜਾ ਸੰਵਿਧਾਨ ਦੀ ਜਿਹੜੇ ਉਹ ਕਾਪੀਆਂ ਕਰਕੇ ਆਮ ਲੋਕਾਂ 'ਚ ਵੰਡੀਆਂ ਜਾਂਦੀਆਂ, ਕਾਨੂੰਨ ਦੀਆਂ ਕਾਪੀਆਂ ਵੰਡੀਆਂ ਜਾਂਦੀਆਂ, ਅਤੇ ਉਦੋਂ CBSE ਨੇ ਵੀ ਜਿਹੜਾ ਆ ਪੰਜਾਬੀ ਨੂੰ ਜਿਹੜਾ ਆ ਆਪਣੇ ਖਾਤੇ 'ਚੋਂ ਕੱਢ ਕੇ ਬਾਹਰ ਰੱਖ ਦਿੱਤਾ। ਸੋ ਅਸੀਂ ਇਸ ਅੱਜ ਦੇ ਇਕੱਠ ਵੱਲੋਂ ਇਹਦੀ ਨਿਖੇਧੀ ਕਰਦੇ ਹਾਂ, ਅਤੇ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਰਦਾ ਮਾਣ ਸਤਿਕਾਰ ਦਿੱਤਾ ਜਾਵੇ। ਕਿਉਂ ਕਿ ਜੇ ਅਸੀਂ ਆਪਣੇ ਵਿਰਸੇ ਤੋਂ ਟੁੱਟ ਗਏ ਅਤੇ ਸਾਡਾ ਪਿਛੋਕੜ ਕੀ ਸੀ ਉਹ ਅਸੀਂ ਭੁੱਲ ਜਾਵਾਂਗੇ, ਤਾਂ ਸਾਡਾ ਭਵਿੱਖ ਜਿਹੜਾ ਉਹ ਕਾਲਾ ਹੋਏਗਾ, ਧੁੰਦਲਾ ਹੋਏਗਾ। ਇਸ ਕਰਕੇ ਅਸੀਂ ਸਾਰੇ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਜਿਹੜੀ ਆ ਉਹਨੂੰ ਸਰਕਾਰਾਂ ਉਤਸ਼ਾਹਿਤ ਕਰਨ, ਅਤੇ ਆਓ ਅਸੀਂ ਵੀ ਆਪਣੇ ਘਰਾਂ 'ਚ, ਪਰਿਵਾਰਾਂ 'ਚ ਮਾਂ ਬੋਲੀ ਨੂੰ ਉਤਸ਼ਾਹਿਤ ਕਰੀਏ, ਪ੍ਰਫੁੱਲਿਤ ਕਰੀਏ। ਧੰਨਵਾਦ ਜੀ। ਮਾਂ ਬੋਲੀ ਜੇ ਭੁੱਲ ਜਾਵਾਂਗੇ ਕੱਖਾਂ ਵਾਂਗੂ ਰੁਲ ਜਾਵਾਂਗੇ। ਅੱਜ ਇਸੇ ਹੀ ਸੰਦਰਭ ਦੇ ਵਿੱਚ ਸਾਡੇ ਬਹੁਤ ਪਿਆਰੇ ਸਤਿਕਾਰਤ ਵੀਰ ਮਾਨਸਾ ਤੋਂ ਸਾਈਕਲ ਯਾਤਰਾ 'ਤੇ ਜਿਹੜਾ ਪੰਜਾਬ ਦੇ ਵੱਖ ਵੱਖ ਕੋਨਿਆਂ 'ਚ ਵਿਚਰਦੇ ਹੋਏ ਅੱਜ ਟਾਂਡੇ ਦੇ ਵਿੱਚ ਊੜਾ ਸੰਭਾਲ ਅਤੇ ਜੂੜਾ ਸੰਭਾਲ ਦਾ ਸੁਨੇਹਾ ਲੈ ਕੇ ਪਹੁੰਚੇ ਨੇ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਸਾਰਿਆਂ ਨੂੰ ਇਹ ਅਵੇਅਰ ਕਰ ਰਹੇ ਨੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿੰਨਾ ਵੀ ਹੋ ਸਕੇ ਅਸੀਂ ਆਪਣੀ ਮਾਂ ਬੋਲੀ ਲਈ, ਪੰਜਾਬੀ ਮਾਂ ਬੋਲੀ ਲਈ ਯਤਨਸ਼ੀਲ ਰਹੀਏ, ਯਤਨ ਕਰੀਏ। ਮੁਲਤਾਨੀ ਸਾਹਿਬ ਦਾ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸਾਰੇ ਸੰਗਤ ਨੂੰ ਇਕੱਠੇ ਕਰਕੇ ਇੱਥੇ ਇਹਨਾਂ ਦੇ ਸਤਿਕਾਰ ਲਈ ਇਕੱਠੇ ਕੀਤਾ। ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਦੇ ਅਧਿਆਪਕ ਸਾਹਿਬਾਨ ਬਨਵੈਤ ਪ੍ਰਿੰਟਿੰਗ ਪ੍ਰੈੱਸ ਤੋਂ ਹਰਦੀਪ ਖੁੱਡਾ ਜੀ, ਜਿਹੜੇ ਕਿ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਅਗਾਂਹ ਵਧੂ ਕੋਈ ਵੀ ਕਾਰਜ ਹੋਵੇ। ਅਤੇ ਤੁਹਾਡਾ ਸਾਰਿਆਂ ਦਾ, ਵਿਦਿਆਰਥੀਆਂ ਦਾ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਜਿੰਨਾ ਵੀ ਯਤਨ ਕਰ ਸਕਾਂਗੇ ਕਰਾਂਗੇ, ਕਰ ਰਹੇ ਹਾਂ। ਤੁਹਾਡਾ ਆਪਣਾ ਹਰਵਿੰਦਰ ਓੜਪੁਰੀ, ਧੰਨਵਾਦ ਸੋ ਮਚ। Subscribe to our YouTube channel News DNN by clicking the bell icon. Don't forget to like, comment and share.